ਹੈਲੋ, ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਛੋਟੀ ਜਿਹੀ ਵੀਡੀਓ ਬਣਾਉਂਦੇ ਹਾਂ, ਇੱਕ ਪੀਨਟ ਬਟਰ ਕਿਵੇਂ ਬਣਾਈ ਦਾ। ਅਤੇ ਮੈਂ ਵੈਸੇ ਪਹਿਲੀ ਵਾਰੀ ਬਣਾਉਣ ਲੱਗੀ ਹੈਗੀ ਹਾਂ। ਲੈਟਸ ਟਰਾਈ ਇਟ। ਹਾਂ, ਮੈਂ ਰੋਸਟ ਕਰ ਲਈਆਂ ਹੈਗੀਆਂ ਪੀਨਟਸ, ਥੋੜ੍ਹੀਆਂ ਜਿਹੀਆਂ ਮੈਂ ਪਾਸੇ ਰੱਖ ਲਈਆਂ, ਬਿਕੋਜ਼ ਮੈਂ ਬਾਅਦ 'ਚ ਪਾਊਂਗੀ। ਸਾਨੂੰ ਥੋੜ੍ਹਾ ਜਿਹਾ ਚੰਕੀ ਵਾਲਾ ਪਸੰਦ ਆ, ਜਿਹਦੇ ਵਿੱਚ ਛੋਟੇ ਛੋਟੇ ਟੁਕੜੇ ਮੂੰਹ 'ਚ ਆਉਂਦੇ ਹੋਣ, ਇਸ ਕਰਕੇ ਇਹਨੂੰ ਮੈਂ ਦੋ ਥਾਈਂ ਕਰ ਲਿਆ। ਥੋੜ੍ਹੀ ਬਹੁਤ ਥੋੜ੍ਹੀ ਹੈਗੀ ਹੈ, ਤੀਜਾ ਚੌਥਾ ਹਿੱਸਾ ਰੱਖਿਆ, ਅਤੇ ਇਹ ਵਾਲੀ ਹੈਗੀ ਹੈ ਬਾਕੀ। ਇਹਨੂੰ ਰੋਸਟ ਕਰ ਲਿਆ ਸਾਰੀ ਨੂੰ, ਅਤੇ ਰੋਸਟ ਕਰਨ ਤੋਂ ਬਾਅਦ ਠੰਡੀ ਕਰਕੇ ਆਪਾਂ ਇਹਨੂੰ ਮਿਕਸੀ 'ਚ ਪਾ ਲਿਆ, ਅਤੇ ਲੈਸ ਬਲੈਂਡਡ। ਅਤੇ ਮੈਂ ਸੋਚ ਰਹੀ ਹਾਂ ਇਹਦੇ ਵਿੱਚ ਥੋੜ੍ਹੇ ਜਿਹੇ ਮੈਂ ਕਾਜੂ ਵੀ ਪਾਊਂਗੀ, ਉਹ ਮੈਂ ਦੇਖਦੀ ਹਾਂ ਬਾਅਦ ਦੇ ਵਿੱਚ, ਬਿਕੋਜ਼ ਹੁਣ ਤਾਂ ਬੱਚੇ ਖਾਂਦੇ ਨਹੀਂ ਹੈਗੇ, ਅਤੇ ਹੋ ਸਕਦਾ ਇਹਦੇ ਵਿੱਚ ਪਾ ਦਈਏ, ਬਦਾਮ ਵੀ ਪਾ ਸਕਦੇ ਹਾਂ ਇਹਦੇ ਵਿੱਚ, ਪਰ ਮੈਂ ਦੇਖਦੀ ਹਾਂ ਕੀ ਕਰਦੀ ਹਾਂ, ਤੁਹਾਨੂੰ ਦੱਸਦੀ ਹਾਂ। ਇਹਨੂੰ ਆਪਾਂ ਪਾਊਡਰ ਫਾਰਮ ਤੱਕ ਲੈ ਆਉਂਦਾ ਹੈਗਾ, ਅਤੇ ਇਹਦੇ ਵਿੱਚ ਹੁਣ ਮੈਂ ਥੋੜ੍ਹਾ ਓਲਿਵ ਆਇਲ ਪਾਊਂਗੀ, ਇਹ ਹੈਗਾ ਵਾ ਐਕਸਟਰਾ ਵਰਜਿਨ ਓਲਿਵ ਆਇਲ, ਅਤੇ ਮੈਂ ਇਹਦੇ ਵਿੱਚ ਪਾਊਂਗੀ ਘੱਟੋ ਘੱਟ ਕੜਛੀ, 1.5 ਕੜਛੀ ਪਾਊਂਗੀ। ਅਤੇ ਇਹਦੇ ਵਿੱਚ ਹੁਣ ਮੈਂ ਕੈਸ਼ੂ ਵੀ ਥੋੜ੍ਹੇ ਜਿਹੇ ਪਾਉਣੀ ਆ, ਕੈਸ਼ੂ ਵੀ ਪਾ ਲਏ ਅਤੇ ਓਇਲ ਪਾ ਲਿਆ ਹੈਗਾ। ਹੁਣ ਇਹਨੂੰ ਬੰਦ ਕਰਕੇ ਇੱਕ ਵਾਰੀ ਫਿਰ ਮਿਕਸੀ ਚਲਾਉਣੇ ਆ। ਇਹ ਦੇਖੋ, ਇਹ ਬੜਾ ਸੋਹਣਾ ਟੈਕਸਚਰ ਬਣ ਗਿਆ ਹੈਗਾ ਇਹਦਾ, ਪੀਨਟ ਬਟਰ ਦਾ। ਅਤੇ ਇਹਨੂੰ ਹੁਣ ਮੈਂ ਉਹ ਜਿਹੜੇ ਰੱਖੀ ਹੋਈ ਆ ਪੀਨਟ, ਉਹਨੂੰ ਥੋੜ੍ਹਾ ਜਿਹਾ ਵਿੱਚ ਪਾ ਕੇ ਉਹਦੇ ਚੰਕਸ ਬਣਾਉਂਗੀ, ਥੋੜ੍ਹਾ ਜਿਹਾ ਪੀਸੂੰਗੀ, ਅਤੇ ਫਿਰ ਵਿੱਚ ਥੋੜ੍ਹਾ ਜਿਹਾ ਹਨੀ ਪਾਉਂਗੀ, ਫਿਰ ਦੇਖਦੇ ਹਾਂ ਟੈਕਸਚਰ ਕਿੱਦਾਂ ਦਾ ਬਣੂਗਾ। ਮੈਂ ਪੀਨਟ ਪਾਤੀਆਂ ਦੇ ਵਿੱਚ, ਅਤੇ ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਇਹ ਰਾਅ ਹਨੀ ਪਾਊਂਗੀ। ਇਹਦੇ ਵਿੱਚ ਹੁਣ ਕੋਈ ਕੋਈ ਚੰਕਸ ਬਣ ਗਏ ਹੈਗੇ ਆ, ਅਤੇ ਜੇ ਟੈਕਸਚਰ ਥੋੜ੍ਹਾ ਗਾੜਾ ਲੱਗੇ ਤਾਂ ਫਿਰ ਉਹਦੇ ਵਿੱਚ ਥੋੜ੍ਹਾ ਓਇਲ ਹੋਰ ਪਾ ਸਕਦੇ ਹਾਂ। ਮੈਂ ਥੋੜ੍ਹਾ ਓਇਲ ਹੋਰ ਪਾਊਂਗੀ। ਇਹ ਮੈਂ ਹਨੀ ਵਾਲਾ ਜਾਰ ਖਾਲੀ ਹੋਇਆ ਉਹਦੇ ਵਿੱਚ ਹੀ ਪਾਤਾ, ਧੋਣ ਦੀ ਲੋੜ ਨਹੀਂ ਪਈ। ਅਤੇ ਹੁਣ ਮੈਂ ਥੋੜ੍ਹਾ ਬ੍ਰੈਡ 'ਤੇ ਲਾਉਂਦੇ ਹਾਂ, ਅਤੇ ਦੈਨ ਦੈਟਸ ਇਟ, ਯੂ ਕੈਨ ਸਪਰੈਡ ਇਟ ਗੁੱਡ ਐਂਡ ਈਟ। ਇਟਸ ਰੀਅਲੀ ਗੁੱਡ ਫੋਰ ਹੈਲਥ, ਹਾਈ ਪ੍ਰੋਟੀਨ ਐਂਡ ਸਮ ਫੈਟਸ ਐਂਡ ਦੇਰ ਇਜ਼ ਸਮ ਪੋਟਾਸ਼ੀਅਮ ਇਨ ਦੇਅਰ, ਸੋ ਇਟਸ ਹੈਲਥੀ, ਯੂ ਡੋਂਟ ਹੈਵ ਟੂ ਈਟ ਅ ਲਾਟ, 1 or 2 teaspoons are okay. Thank you for watching.